ਵਿੱਚ ਬਾਪੂ ਦਾ ਸਰਦਾਰ ਫਿਲਮ ਲੈ ਕੇ ਜਿਹੜਾ ਕਿ ਪੰਜਾਬ ਦੇ ਵਿੱਚ ਅਲੱਗ ਅਲੱਗ ਮੌਲਾਂ ਦੇ ਵਿੱਚ ਫਿਲਮ ਲੱਗੀ ਹੈ, ਸਿੰਗਲ ਸਕਰੀਨ ਥੀਏਟਰਾਂ 'ਚ ਲੱਗੀ ਹੈ, ਇਸ ਟਾਈਮ B2B ਦੇ ਵਿੱਚ ਹਾਂ। ਸੋ ਫਿਲਮ ਦਾ ਜਿਹੜਾ ਰਿਵਿਊ ਹੈ ਉਹ ਦੇਖਣ ਲਈ ਜਿਹੜਾ ਅਸੀਂ ਇੱਥੇ ਆਏ ਹਾਂ ਕਿ ਰਿਵਿਊ ਕਿਸ ਤਰ੍ਹਾਂ ਦੇ ਨੇ। ਸੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਕੁਛ ਲੋਕ ਨੇ ਜਿਹੜੇ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਅਸੀਂ B2B ਤੋਂ ਬਾਹਰ ਆ ਰਹੇ ਹਾਂ, ਸੋ ਕੁਛ ਲੋਕ ਖੜੇ ਹੋਏ ਨੇ ਨਾਲ। ਤੁਹਾਨੂੰ ਦੱਸ ਦਈਏ ਕਿ ਜਿਹੜੀ ਸਟਾਰ ਕਾਸਟ ਹੈ ਉਹ ਇੱਥੇ ਇਹੀ ਦੇਖਣ ਆਈ ਹੈ ਕਿ ਸਾਡਾ ਜਿਹੜਾ ਇਸ ਫਿਲਮ ਦਾ ਮੈਸੇਜ ਹੈ ਉਹ ਕਿੰਨੇ ਕੁ ਲੋਕਾਂ ਤੱਕ ਕਿਸ ਤਰ੍ਹਾਂ ਦਾ ਪਹੁੰਚ ਰਿਹਾ ਹੈ। ਸੋ ਰਿਵਿਊ ਦੇ ਲਈ ਪਹਿਲੇ ਗੱਲ ਕਰਾਂਗੇ। ਕੀ ਨਾਮ ਹੈ ਜੀ ਤੁਹਾਡਾ? ਜੇ ਸੇਠੀ ਜੀ। ਹਾਂ ਸੇਠੀ ਸਾਹਿਬ, ਫਿਲਮ ਦੇਖ ਕੇ ਆਏ ਹੋ, ਕਿਸ ਤਰ੍ਹਾਂ ਦੀ ਫਿਲਮ ਲੱਗੀ, ਕਿਸ ਤਰ੍ਹਾਂ ਦੀ ਮਤਲਬ ਲੋਕਾਂ ਨੂੰ ਅਪੀਲ ਕਰੋਗੇ ਇਸ ਫਿਲਮ ਨੂੰ ਲੈ ਕੇ, ਕੀ ਖਾਸ ਸੀ? ਬਹੁਤ ਵਧੀਆ ਲੱਗੀ, ਬਹੁਤ ਸ਼ਾਨਦਾਰ ਲੱਗੀ। ਜਿਹੜਾ ਸੀਨ ਤੁਹਾਨੂੰ ਵਧੀਆ ਲੱਗਿਆ ਔਰ ਕੀ ਸੀਗਾ ਉਹਦੇ ਵਿੱਚ? ਕਿਉਂਕਿ ਅੱਜ ਦੇ ਟਾਈਮ ਦੇ ਵਿੱਚ, ਸੁਣੋ, ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕਿ ਇੱਕ ਪਿਓ ਤੇ ਪੁੱਤਰ ਦਾ ਰਿਸ਼ਤਾ ਫਿਲਮ ਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਸਾਨੂੰ, ਕਿਉਂਕਿ ਹਰ ਕੋਈ ਫਿਲਮ ਦੀ ਪ੍ਰਮੋਸ਼ਨ ਦੇ ਵਿੱਚ ਦੱਸ ਦਿੰਦਾ ਹੈ ਕਿ ਮੇਰੀ ਫਿਲਮ ਬਹੁਤ ਵਧੀਆ, ਲੇਕਿਨ ਦੱਸਣੀ ਉਹਦੇ ਲੋਕਾਂ ਨੇ ਹੁੰਦੀ ਹੈ ਕਿ ਕਿਸ ਤਰ੍ਹਾਂ ਦੀ ਹੈ। ਬਿਲਕੁਲ ਜੀ, ਬਹੁਤ ਵਧੀਆ ਜੀ, ਬਹੁਤ ਮਨ ਖੁਸ਼ ਹੋਇਆ ਦੇਖ ਕੇ। ਅੱਛੀ ਗੱਲ, ਬਹੁਤ ਵਧੀਆ। ਸੋ ਅੱਗੇ ਗੱਲ ਕਰਦੇ ਆ ਭਾਜੀ, ਫਿਲਮ ਦੇਖਿਆ? ਬਿਲਕੁਲ ਦੇਖਿਆ ਜੀ, ਬਹੁਤ ਵਧੀਆ ਫਿਲਮ ਹੈ ਤੇ ਬਾਪੂ ਦਾ ਜਿਹੜਾ ਕਲਾਕਾਰ ਨਾਂ ਰੱਖਿਆ ਬਿਲਕੁਲ ਸਹੀ ਨਾਂ ਰੱਖਿਆ ਤੇ ਕਿਉਂਕਿ ਇੱਕ ਸਾਦਰ ਤੇ ਸੰਤ ਦਾ ਜਿਹੜਾ ਰਿਲੇਸ਼ਨ ਹੁੰਦਾ ਨਾ ਬਹੁਤ ਹੀ ਡਿਫਿਕਲਟ ਰਿਲੇਸ਼ਨ ਹੁੰਦਾ ਤੇ ਉਸ ਨੂੰ ਬਹੁਤ ਬੜੇ ਵਧੀਆ ਤਰੀਕੇ ਨਾਲ ਦਰਸਾਇਆ ਕਿਉਂਕਿ ਕਲਾਕਾਰ ਪੰਜਾਬ ਦੇ ਵਿੱਚ ਹਰ ਦੂਜਾ ਬੰਦਾ ਕਲਾਕਾਰ ਹੈ ਤੇ ਕਲਾਕਾਰੀ ਦਾ ਜਿਹੜਾ ਗੁਣ ਹੈ ਜਦੋਂ ਬੰਦਾ ਦਿਖਾਣ ਜਾਂਦਾ ਤੇ ਕਿੱਦਾਂ ਫੈਮਿਲੀ ਉਹਨੂੰ ਰੋਕਦੀ ਹੈ, ਕਦੀ ਉਹਨੂੰ ਵਧਾਵਾ ਦਿੰਦੀ ਹੈ ਤੇ ਇੱਕ ਬੰਦਾ ਇੱਕ ਫਸ ਜਾਂਦਾ ਕਿ ਮੈਂ ਕੀ ਕਰਾਂ, ਕਿ ਮੈਂ ਆਪਦੇ ਗੋਲ ਨੂੰ ਪਰਸਿਊ ਕਰਾਂ ਜਾਂ ਫਿਰ ਆਪਣੀ ਫੈਮਿਲੀ ਪ੍ਰਤੀ ਆਪਣੀ ਰਿਸਪੋਂਸਿਬਿਲਟੀ ਰੱਖਾਂ ਤੇ ਫਾਦਰ ਵੀ ਜਿਹੜਾ ਹੁੰਦਾ ਅੰਦਰੋਂ ਜਿੰਨਾ ਮਰਜ਼ੀ ਵਧੀਆ ਮਤਲਬ ਸੋਚੇ ਕਿ ਆਪਣੇ ਬੱਚੇ ਨੂੰ ਆਪਣੇ ਨਾਲ ਰੱਖਣਾ, ਪਰ ਕਿਉਂਕਿ ਬੱਚੇ ਦੀ ਭਲਾਈ ਦੇ ਵਾਸਤੇ ਫਾਦਰ ਸਾਰਾ ਕੁਝ ਕਰਦਾ ਤੇ ਨਾਲ ਕਾਮੇਡੀ ਵੀ ਬਹੁਤ ਵਧੀਆ ਹੈ, ਮਤਲਬ ਪੂਰਾ ਇੱਕ ਭਰਪੂਰ ਫਿਲਮ ਹੈ। ਜਿੱਦਾਂ ਆਪਾਂ ਇੱਕ ਫਾਦਰ ਸਨ ਦਾ ਹੁਣੇ ਫਲੇਵਰ ਚੱਲ ਰਿਹਾ ਅੱਜ ਕੱਲ੍ਹ, ਆਪਾਂ ਦੇਖਿਆ ਬਾਲੀਵੁੱਡ ਦੇ ਵਿੱਚ ਐਨੀਮਲ ਆਈ ਹੈ, ਹੁਣ ਮੈਂ ਕਹਿੰਦਾ ਇੱਕ ਨਵਾਂ ਫਲੇਵਰ ਇਹਨਾਂ ਨੇ ਲੈ ਕੇ ਆਉਂਦਾ ਹੈ ਬਾਪੂ ਦਾ ਕਲਾਕਾਰ ਨੇ ਤੇ ਮੈਂ ਕਹਾਂਗਾ ਕਿ ਜਿਹੜੇ ਪ੍ਰਵੀਨ ਮਹਿਰਾ ਜੀ ਨੇ ਜਿਨ੍ਹਾਂ ਨੇ ਫਿਲਮ ਬਣਾਈ ਹੈ, ਬਾ ਕਮਾਲ ਡਾਇਰੈਕਟਰ, ਬਾ ਕਮਾਲ ਪ੍ਰੋਡਿਊਸਰ ਤੇ ਬਾ ਕਮਾਲ ਹੀਰੋ, ਇਹਦੇ ਪ੍ਰੋਟੈਗਨਿਸਟ ਵੀ ਹੈਗੇ ਨੇ, ਆਈ ਥਿੰਕ ਹੀ ਕੈਨ ਡੂ ਐਵਰੀਥਿੰਗ ਤੇ ਸਾਡੇ ਲੋਕਲ ਟੈਲੈਂਟ ਨੂੰ ਬੜਾ ਪ੍ਰਮੋਟ ਕੀਤਾ ਗਿਆ। ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ ਆਪਾਂ, ਅੱਜ ਦੇ ਸਮੇਂ ਦੇ ਵਿੱਚ ਜੇਕਰ ਕੋਈ ਵੱਡੇ ਕਲਾਕਾਰ ਦੀ ਫਿਲਮ ਲੱਗਦੀ ਹੈ ਸਿਰਫ ਉਹਦਾ ਟ੍ਰੇਲਰ ਹੀ ਚੱਲਦਾ, ਰਸ ਪੈ ਜਾਂਦਾ ਔਰ ਦੇਖਣ ਜਾਂਦੇ ਆ ਚਾਹੇ ਫਿਲਮ ਦੇ ਵਿੱਚ ਕੁਝ ਵੀ ਨਾ ਹੋਵੇ, ਇਹ ਦੇਖਿਆ ਜਾਂਦਾ ਹੈ ਕਿ ਜੋ ਮਹਿਰਾ ਜੀ ਨੇ ਉਹ ਆਪ ਜਾ ਕੇ ਖੁਦ ਇਸ ਫਿਲਮ ਨੂੰ ਜਿੰਨਾ ਵੀ ਹੈ ਲੋਕਾਂ ਦੇ ਵਿੱਚ ਪਹੁੰਚਾ ਰਿਹਾ ਕਿ ਮੇਰੀ ਇਸ ਫਿਲਮ ਨੂੰ ਜ਼ਰੂਰ ਦੇਖਿਆ ਜਾਵੇ, ਉਸ ਤਰੀਕੇ ਨੂੰ ਦੇਖਦੇ ਹੋਏ ਤੁਸੀਂ ਕਿਵੇਂ ਦੇਖਦੇ ਹੋ, ਲੋਕਾਂ ਨੂੰ ਕੀ ਮੈਸੇਜ ਦੋਗੇ ਇਸ ਫਿਲਮ ਦੇਖਣ ਨੂੰ, ਕਿਉਂਕਿ ਤੁਸੀਂ ਦੇਖ ਕੇ ਆਏ ਹੋ, ਕਿਹੜੀ ਚੀਜ਼ ਤੁਹਾਨੂੰ ਇਹਦੇ ਵਿੱਚ ਇਸ ਤਰ੍ਹਾਂ ਦੀ ਲੱਗੀ ਕਿ ਉਹ ਹਰੇਕ ਬੰਦੇ ਕੱਲ ਤੱਕ ਪਹੁੰਚਣੀ ਚਾਹੀਦੀ ਹੈ? ਦੇਖੋ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਇਹਨਾਂ ਨੇ ਸਾਰੇ ਹੀ ਲੋਕਲ ਆਰਟਿਸਟ ਲਏ ਆ, ਜੇ ਆਪਾਂ ਗੱਲ ਕਰੀਏ ਦੇਖੋ ਨਾਮੀ ਗ੍ਰਾਮੀ ਤੁਸੀਂ ਸੇਮ ਆਰਟਿਸਟ ਲੈ ਕੇ ਉਹੀ ਫਿਲਮਾਂ ਤੁਸੀਂ ਬਣਾ ਦਿਓ, ਇੱਕ ਰੈਸਪੀ ਹੁੰਦੀ ਹੈ ਉਹ ਚੱਲ ਜਾਂਦੀ ਹੈ, ਪਰ ਸਾਡੇ ਲੁਧਿਆਣਾ ਦੇ ਇੱਕ ਲੋਕਲ ਟੈਲੈਂਟ ਨੂੰ ਲਿੱਤਾ ਗਿਆ, ਲੱਕੀ ਜੀ ਨੂੰ ਲਿੱਤਾ ਗਿਆ, ਪ੍ਰਵੀਨ ਜੀ ਵੀ ਲੁਧਿਆਣਾ ਦੇ ਨੇ ਤੇ ਬਾਕੀ ਹੋਰ ਸਟਾਰਕਾਸਟ ਆਸ-ਪਾਸ ਜਿਹੜੀ ਲਿੱਤੀ ਗਈ ਤੇ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ। ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਉਹਨਾਂ ਨੇ ਇੱਕ ਅੱਛਾ ਕੰਮ ਕਰਕੇ ਦਿਖਾਇਆ ਤੇ ਖਾਸ ਗੱਲ ਇੱਕ ਹੋਰ ਲੱਗੀ, ਇਹਨਾਂ ਨੇ ਹਰ ਇੱਕ ਫੈਸਿਟ ਨੂੰ ਜਿੱਦਾਂ ਮੈਂ ਕਿਹਾ ਇਹਨਾਂ ਨੇ ਫਿਲਮ ਮੇਕਿੰਗ ਆਪ ਸਿੱਖੀ ਹੈ, ਆਪ ਕੈਮਰੇ ਤੇ ਰਿਕਾਰਡ ਫਿਲਮਾਂ ਕੀਤੀਆਂ ਨੇ, ਐਡਿਟ ਕੀਤੀ ਹੈ ਤੇ ਇਹ ਚੀਜ਼ਾਂ ਜੋ ਮੈਨੂੰ ਇਹਨਾਂ ਦੇ ਬਾਰੇ ਪਤਾ ਲੱਗੀਆਂ ਤੇ ਇਹ ਮੈਨੂੰ ਬਹੁਤ ਅੱਛਾ ਲੱਗਿਆ। ਫਿਲਮ ਦੇਖਣ ਤੋਂ ਬਾਅਦ ਤੁਸੀਂ ਜ਼ਿਆਦਾ ਉਹ ਲਗਾ ਪਾਓਗੇ ਗੈਸ, ਕਿਉਂਕਿ ਜਿਹੜੀ ਕਹਾਣੀ ਹੈ ਇਹ ਸਾਡੇ ਸਾਰੇ ਸਮਾਜ ਦੇ ਵਿੱਚ ਹਰ ਘਰ ਦੀ ਕਹਾਣੀ ਹੈ, ਕਿਉਂਕਿ ਆਪਾਂ ਦੇਖਦੇ ਹਾਂ ਤੇ ਨਵੇਂ ਚਿਹਰਿਆਂ ਦੇ ਉਹ ਕਹਾਣੀ ਬਿਆਨ ਕੀਤੀ ਹੈ, ਤੁਹਾਨੂੰ ਇਸ ਕਰਕੇ ਲੱਗੇਗਾ ਕਿ ਇਹ ਤੁਹਾਡੇ ਹੀ ਘਰ ਦਾ ਕੋਈ ਬਾਪੂ ਹੈ, ਤੁਹਾਡੇ ਹੀ ਘਰ ਦਾ ਤੁਹਾਡਾ ਭਰਾ ਹੈ, ਤੁਹਾਡਾ ਹੀ ਦੋਸਤ ਹੈ, ਕਿਉਂਕਿ ਜਦੋਂ ਆਪਾਂ ਨੋਨ ਆਰਟਿਸਟ ਜਦੋਂ ਕਰਦੇ ਰਹਿੰਦੇ ਤਾਂ ਬਹੁਤ ਜ਼ਿਆਦਾ ਤੁਹਾਨੂੰ ਉਹਨਾਂ ਦੀ ਇੱਕ ਇਮੇਜ ਬਣੀ ਹੁੰਦੀ ਹੈ ਕਿ ਇਹ ਫਲਾਲਾ ਫਲਾਲਾ ਐਕਟਰ ਹੈ, ਇੱਥੇ ਤੁਹਾਨੂੰ ਉਹ ਚੀਜ਼ ਬਿਲਕੁਲ ਨਹੀਂ ਹੋਊਗੀ, ਸਾਰੇ ਨਵੇਂ ਨੇ, ਤੁਹਾਨੂੰ ਲੱਗੇਗਾ ਤੁਹਾਡਾ ਕੋਈ ਗੁਆਂਢੀ ਹੈ, ਤੁਹਾਡਾ ਕੋਈ ਦੋਸਤ। ਹਮੇਸ਼ਾ ਇੱਕ ਗੱਲ ਦੇਖੀ ਜਾਂਦੀ ਹੈ ਸਮਾਜ 'ਚ, ਨਵਿਆਂ ਨੂੰ ਮੌਕਾ ਦਿਓ,
ਨਵਿਆਂ ਨੂੰ ਮੌਕਾ ਦਿਓ ਔਰ ਕਿਵੇਂ ਦੇਖਦੇ ਹੋ ਕਿ ਜਿਹੜੇ ਨਵੇਂ ਲੋਕ ਜਿਨ੍ਹਾਂ ਨੇ ਫਸਟ ਟਾਈਮ ਕੰਮ ਕੀਤਾ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਸੀ ਕਿਸ ਤਰ੍ਹਾਂ ਦਾ ਲੱਗਿਆ ਕਿਉਂਕਿ ਸਿਲਵਰ ਸਕਰੀਨ ਦੇ ਉੱਤੇ ਔਰ ਯੂਟਿਊਬ ਚੈਨਲ ਤੇ OTT ਪਲੇਟਫਾਰਮ ਤੇ ਹਰ ਕੋਈ ਬੰਦਾ ਬੋਲ ਲੈਂਦਾ ਹੈ ਸਿਲਵਰ ਸਕਰੀਨ ਤੇ ਫਿਲਮ ਚੱਲਦੀ ਹੁੰਦੀ ਹੈ ਲੋਕ ਉਹਨੂੰ ਦੇਖ ਕੇ ਕਿਸ ਤਰ੍ਹਾਂ ਦਾ ਮਤਲਬ ਮਹਿਸੂਸ ਕਰਦੇ ਦੇਖੋ ਭਾਜੀ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਕਿਹਾ ਉਹੀ ਗੱਲ ਹੈ ਕਿਉਂਕਿ ਤੁਹਾਨੂੰ ਜਦੋਂ ਨਵੇਂ ਚਿਹਰੇ ਆਉਂਦੇ ਫਰੈਸ਼ਨੈਸ ਆਉਂਦੀ ਹੈ ਚੀਜ਼ ਦੇ ਵਿੱਚ ਬੜਾ ਕੁਝ ਨਵਾਂ ਆ ਜਾਂਦਾ ਤੇ ਉਹੀ ਚੀਜ਼ ਹੈ ਤਾਂ ਕਰਕੇ ਕਿਉਂਕਿ ਸਾਰੇ ਬੰਦੇ ਨਵੇਂ ਨੇ ਤੇ ਜਿੱਦਾਂ ਪ੍ਰਵੀਨ ਜੀ ਨੇ ਇੱਕ ਤਾਂ ਰਿਸਕ ਲਿਆ ਬਹੁਤ ਵੱਡਾ ਦੇਖੋ ਕਿੰਨਾ ਪੈਸਾ ਲਾ ਕੇ ਲੱਖਾਂ ਰੁਪਿਆ ਕਰੋੜਾਂ ਰੁਪਿਆ ਲਾ ਕੇ ਫਿਲਮ ਬਣਾਈ ਤਾਂ ਇਹ ਰਿਸਕ ਲੈਣਾ ਹੀ ਬਹੁਤ ਵੱਡੀ ਗੱਲ ਹੈ ਤੇ ਸਾਡੀ ਸੁਸਾਇਟੀ ਦਾ ਇਹਦੇ 'ਚ ਮੈਸੇਜ ਵੀ ਹੈਗਾ ਇਸ ਫਿਲਮ ਦੇ ਵਿੱਚ ਖਾਸ ਗੱਲ ਹੈ ਕਿ ਮੈਸੇਜ ਵੀ ਹੈਗਾ ਤੇ ਔਰ ਸਾਰੇ ਹੀ ਨਵੇਂ ਨੇ ਹਨਾ ਸਿਰਫ ਇੱਕ ਆਪਾਂ ਨੋਨ ਫੇਸ ਹੈਗੇ ਨੇ ਉਹ ਵੀ ਇੱਕ ਬਹੁਤ ਅੱਛੇ ਬਾਕਮਾਲ ਕਲਾਕਾਰ ਨੇ ਤੇ ਪ੍ਰਵੀਨ ਜੀ ਨੇ ਜਿਹੜਾ ਆਪ ਹੀ ਇੰਨਾ ਕੁਛ ਕਰਕੇ ਜਿਹੜਾ ਦਿਖਾਇਆ ਤੇ ਇਹ ਵੀ ਸਿੱਧ ਕਰਦਾ ਕਿ ਜੇ ਤੁਹਾਡੇ ਦਿਲ ਦੇ ਵਿੱਚ ਚਾਹ ਹੋਵੇ ਤਾਂ ਸਭ ਕੁਝ ਹੋ ਸਕਦਾ ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰ ਚੀਜ਼ ਬ੍ਰਾਂਡਡ ਮਹਿੰਗੀ ਕਰਕੇ ਕਰਨਾ ਪਰ ਜੇ ਤੁਹਾਡੇ ਦਿਲ 'ਚ ਹੈਗਾ ਰਾਹ ਤਾਂ ਤੁਹਾਡੇ ਕੋਲ ਕਲਾਕਾਰ ਵੀ ਬਣ ਜਾਂਦੇ ਨੇ ਤੁਹਾਡੇ ਕੋਲ ਫਿਲਮ ਵੀ ਬਣ ਜਾਂਦੀ ਹੈ ਤੁਸੀਂ ਸਾਰਾ ਕੁਝ ਆਪ ਕਰ ਸਕਦੇ ਹੋ ਜਾਂ ਚਾਹ ਵਾਹ ਰਾਹ ਇਹ ਮੈਨੂੰ ਇਸ ਫਿਲਮ ਨੂੰ ਕੀ ਨਾਮ ਹੈ ਸਰ ਪੰਕਜ ਬਤਰਾ ਜੀ ਕੀ ਕਹੋਗੇ ਇਸ ਫਿਲਮ ਨੂੰ ਦੇਖ ਕੇ ਰਿਵਿਊ ਲੈਣ ਆਏ ਹਾਂ ਅਸੀਂ ਜੋ ਰਿਐਲਿਟੀ ਹੈ ਜੋ ਚੀਜ਼ ਹੈ ਉਹ ਆਪਣੀ ਐਕਸਪਲੇਨ ਕਰੋ ਤਾਂ ਕਿ ਲੋਕ ਜਿਹੜੇ ਆ ਇਸ ਫਿਲਮ ਨੂੰ ਦੇਖਣ ਲਈ ਆਣ ਬਾਪੂ ਦਾ ਕਲਾਕਾਰ ਨਾਮ ਨੂੰ ਦੇਖਦੇ ਹੋਏ ਬਾਪੂ ਦਾ ਕਲਾਕਾਰ ਉਸ ਤੋਂ ਬਾਅਦ ਮਾਈਂਡ ਦੇ ਵਿੱਚ ਕੀ ਚੱਲਦਾ ਹੈ ਫਿਲਮ ਦੇਖਣ ਤੋਂ ਪਹਿਲੇ ਤੁਸੀਂ ਕੀ ਸੋਚਿਆ ਸੀ ਦੇਖਣ ਤੋਂ ਬਾਅਦ ਬਾਹਰ ਨਿਕਲਦੇ ਹੋ ਕੀ ਸੋਚਦੇ ਹੋ ਫਿਲਮ ਬਾਪ ਇੱਕ ਬੇਟੇ ਦੀ ਬਹੁਤ ਵਧੀਆ ਸਟੋਰੀ ਦਿਖਾਈ ਗਈ ਹੈ ਇਹ 'ਚ ਤੇ ਇੱਕ ਬੇਟੇ ਨੂੰ ਵੀ ਆਪਣੇ ਫਰਜ਼ ਸਮਝ ਚਾਹੀਦੇ ਆ ਆਪਣੇ ਬਾਪ ਦੇ ਪ੍ਰਤੀ ਕਿ ਬਹੁਤ ਵਧੀਆ ਫਿਲਮ ਬਣਾਈ ਗਈ ਇਹਨਾਂ ਨੇ ਜੀ ਸੋ ਦੂਸਰੇ ਪਾਸੇ ਦੱਸਦੇ ਹਾਂ ਤੁਹਾਨੂੰ ਸਟਾਰਕਾਸਟ ਜਿਹੜੀ ਹੈ ਪਹੁੰਚੀ ਹੈ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਹੁਣ ਤੁਸੀਂ ਇਸ ਟਾਈਮ ਪਹੁੰਚੇ ਹੋ ਜੀ ਅਸੀਂ ਰਿਵਿਊ ਲੈ ਰਹੇ ਸੀ ਜਿਹੜਾ ਕਿ ਦੇਖਿਆ ਗਿਆ ਲੋਕਾਂ ਨੇ ਤੁਹਾਡੇ ਰਿਵਿਊ ਦੇ ਰਹੇ ਇਸ ਫਿਲਮ ਦੇ ਲੋਕ ਕਹਿ ਰਹੇ ਆ ਕਿ ਫਿਲਮ ਬਹੁਤ ਪਸੰਦ ਆਈ ਹੈ ਔਰ ਇਸ ਟਾਈਮ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋ ਅਸੀਂ ਨਾ ਬਹੁਤ ਪਜ਼ਲ ਸੀ ਕਿ ਲੋਕੀ ਇਸ ਚੀਜ਼ ਨੂੰ ਕਿਵੇਂ ਅਸੈਪਟ ਕਰੂਗੇ ਕਿਉਂਕਿ ਜ਼ਿਆਦਾਤਰ ਲੋਕੀ ਮਾਰਤਾਰ ਵਾਲੀ ਫਿਲਮਾਂ ਕਰਦੇ ਆ ਜਾਂ ਰੋਮਾਂਸ ਨੂੰ ਪਸੰਦ ਕਰਦੇ ਪਰ ਸਾਡਾ ਜਿਹੜਾ ਹੈਗਾ ਮੋਟਿਵ ਜੋ ਮੈਂ ਦੇਖ ਰਿਹਾ ਲੋਕੀ ਪਸੰਦ ਕਰ ਰਹੇ ਆ ਥੀਏਟਰ 'ਚ ਮੈਂ ਬੈਠਾ ਸੀ ਕਈ ਲੋਕੀ ਰੋ ਰਹੇ ਸੀ ਜਦੋਂ ਐਂਡ ਦਾ ਸੀਨ ਆਉਂਦਾ ਹੈ ਫਿਲਮ ਦਾ ਔਰ ਇਮੋਸ਼ਨਲ ਹੋ ਜਾਂਦੇ ਬਹੁਤ ਜ਼ਿਆਦਾ ਕਿਉਂਕਿ ਮੈਂ ਖੁਦ ਇਮੋਸ਼ਨਲ ਹੋ ਗਿਆ ਸੀ ਫਿਲਮ ਦੇ ਔਰ B2B ਦੇ ਵਿੱਚ ਪਹੁੰਚੇ ਹੋ ਤੁਸੀਂ ਲੋਕ ਬਹੁਤ ਸਾਰੇ ਤੁਹਾਨੂੰ ਕਿਉਂਕਿ ਇੱਕ ਫੇਸ ਦੀ ਗੱਲ ਹੁੰਦੀ ਆ ਇੱਕ ਮਤਲਬ ਕਿ ਪੋਸਟਰ ਦੇ ਵਿੱਚ ਦੇਖ ਕੇ ਰਿਐਲਿਟੀ 'ਚ ਦੇਖ ਕੇ ਥੋੜਾ ਕਿਤੇ ਨਾ ਕਿਤੇ ਡਿਫਰੈਂਸ ਜ਼ਰੂਰ ਲੱਗਦਾ ਵਾ ਕਿਉਂਕਿ ਪੋਸਟਰ 'ਚ ਪਹਿਚਾਨਣਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਔਰ ਹੁਣ ਜਿਹੜੀ ਪਹਿਚਾਨ ਹੈ ਇਸ ਟਾਈਮ ਦੇ ਵਿੱਚ ਬਾਪੂ ਦਾ ਸਰਦਾਰ ਬਾਪੂ ਦਾ ਕਲਾਕਾਰ ਸੋਰੀ ਤੇ ਕੀ ਮਤਲਬ ਪਹਿਚਾਨ ਦੇ ਕੇ ਜਾਏਗੀ ਲੋਕਾਂ ਨੂੰ ਦੇਖੀ ਪਹਿਚਾਨ ਲੋਕਾਂ ਨੂੰ ਇਹ ਦੇ ਕੇ ਜਾਊਗੀ ਜੀ ਆਪਾਂ ਨੂੰ ਆਪਣੇ ਨਾ ਕਦਰਾਂ ਕੀਮਤਾਂ ਬਾਰੇ ਜ਼ਰੂਰ ਉਹਦਾ ਖਿਆਲ ਰੱਖਣਾ ਚਾਹੀਦਾ ਆ ਇੱਕ ਪੁੱਤ ਦੀ ਕੀ ਫਰਜ਼ ਹੈਗੇ ਆ ਬਾਪ ਦੇ ਤਾਂ ਫਰਜ਼ ਆਪਾਂ ਗਿਣਾ ਦਿੰਦੇ ਹਾਂ ਕਿ ਤੇਰਾ ਫਰਜ਼ ਬੰਦਾ ਸਾਨੂੰ ਪੜ੍ਹਾਉਣਾ ਲਿਖਾਉਣਾ ਸਾਨੂੰ ਖਵਾਉਣਾ ਆਪ ਉਹ ਪੁੱਤਾਂ ਨੂੰ ਜ਼ਰੂਰ ਸਮਝ ਆਊਗਾ ਜੋ ਕਹਿੰਦੇ ਸਾਡੇ ਪਿਓ ਦਾ ਫਰਜ਼ ਬੰਦਾ ਆ ਹਨਾ ਤਾਂ ਇਹ ਮੈਸੇਜ ਦੇ ਕੇ ਜਾਊਗੀ ਕਿਉਂਕਿ ਇੱਕ ਮੈਸੇਜ ਵੀ ਚੰਗਾ ਦੇ ਗਈ ਨਾ ਸਾਡੀ ਫਿਲਮ ਸਾਡਾ ਜੋ ਅਸੀਂ ਫਿਲਮ ਬਣਾਉਣ ਦਾ ਮੋਟਿਵ ਹੈ ਪੂਰਾ ਹੋ ਜਾਊਗਾ ਬਿਲਕੁਲ ਹਾਂਜੀ ਸੋ ਬਹੁਤ ਵੱਡੀ ਗੱਲ ਕਹੀ ਆ ਤੁਸੀਂ ਕੀ ਲੱਗਦਾ ਤੁਹਾਨੂੰ ਇਸੇ ਕੰਟੈਂਟ ਦੇ ਉੱਤੇ ਬਾਕੀ ਬਾਲੀਵੁੱਡ ਟਾਲੀਵੁੱਡ ਇਹਨਾਂ ਸਾਰਿਆਂ ਨੂੰ ਫਿਲਮ ਬਣਾਉਣੀ ਚਾਹੀਦੀ ਹੈ ਤਾਂ ਕਿ ਰਿਸ਼ਤਿਆਂ ਦੇ ਵਿੱਚ ਜਿਹੜੀ ਇਸ ਟਾਈਮ ਦੇ ਵਿੱਚ ਦਰਾਰਾਂ ਚੱਲ ਰਹੀਆਂ ਨੇ ਉਹ ਦੂਰੀਆਂ ਦੂਰ ਹੋ ਸਕਣ ਤੇ ਲੋਕ ਕਰੀਬ ਆ ਕੇ ਉਸੇ ਅਨਸੀਨ ਇਨਸਾਨੀਅਤ ਜਿਹੜੀ ਆ ਅੰਦਰੋਂ ਦੀ ਉਹ ਜਾਗੇ ਭਾਈ ਦੇਖੋ ਜ਼ਿਆਦਾਤਰ ਗਿਲੇ ਸ਼ਿਕਵੇ ਕਰਦੇ ਚੱਲਦੇ ਰਿਸ਼ਤਿਆਂ ਵਿੱਚ ਹਨਾ ਰਿਸ਼ਤੇ ਨਹੀਂ ਚੱਲਦੇ ਪਰ ਲੋਕੀ ਇਹ ਭੁੱਲ ਜਾਂਦੇ ਆ ਗਿਲੇ ਸ਼ਿਕਵਿਆਂ ਤੋਂ ਵੱਡੇ ਰਿਸ਼ਤੇ ਹੁੰਦੇ ਆ ਹਨਾ ਜੇ ਇਹ ਚੀਜ਼ ਦਿਮਾਗ 'ਚ ਆ ਜਾਵੇ ਨਾ ਲੋਕਾਂ ਦੇ ਤਾਂ ਲੋਕ ਰਿਸ਼ਤੇ ਨਿਭਾਉਣੇ ਸ਼ੁਰੂ ਕਰ ਦੇਣ ਗਿਲੇ ਸ਼ਿਕਵੇ ਨਾ ਨਿਭਾਉਣ
ਸਾਡੀ ਪ੍ਰੋਬਲਮ ਹੀ ਹੈ ਗਿਰੇ ਛਿੱਕੇ ਨਵਾਉਂਦੇ ਨੇ ਸਾਰੀ ਉਮਰ, ਤੂੰ ਮੈਨੂੰ ਇਹ ਕਿਹਾ ਤੇ ਇਹ ਕਿਹਾ ਮੈਂ ਤੈਨੂੰ ਬੁਲਾਉਣਾ ਨੀ, ਸਾਰੀ ਉਮਰ ਇਹੀ ਚੀਜ਼ਾਂ ਚੱਲਦੀ ਰਹਿੰਦੀਆਂ, ਰਿਸ਼ਤੇ ਵੀ ਦਰਾਰਾਂ ਪੈਂਦੀਆਂ ਰਹਿੰਦੀਆਂ। ਸਾਡੀ ਫਿਲਮ ਬਣਾਉਣ ਦਾ ਮੋਟਿਵ ਹੈਗਾ ਯਾਰ ਲੋਕਾਂ ਨੂੰ ਰਿਸ਼ਤਿਆਂ ਬਾਰੇ ਪਤਾ ਲੱਗੇ, ਬਾਪ ਤਾਂ ਬੇਟੇ ਰਿਸ਼ਤੇ ਬਾਰੇ ਪਤਾ ਲੱਗੇ, ਬਾਪ ਦੇ ਕੀ ਬਾਪ ਕੀ ਸੈਕਰੀਫਾਈਸ ਕਰਦਾ ਆਪਣੇ ਬੱਚਿਆਂ ਵਾਸਤੇ। ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਸਮਝ ਆਊਗਾ ਜੇ ਇਹ ਫਿਲਮ ਲੋਕਾਂ ਦੁਆਰਾ ਪਸੰਦ ਕੀਤੀ ਜਾਊਗੀ ਤਾਂ ਹਰ ਬੰਦਾ ਹਰ ਡਾਇਰੈਕਟਰ ਮੋਟੀਵੇਟ ਹੋਊਗਾ ਇਸ ਨਾਲ ਦੀ ਫਿਲਮ ਬਣਾਉਣ ਦੇ। ਇੱਕ ਪਿਓ ਦੀ ਜ਼ਿੰਮੇਵਾਰੀ ਨਿਭਾਈ ਹੈ ਜੀ, ਔਰ ਲੋਕ ਪਸੰਦ ਕਰ ਰਹੇ ਆ ਕਿਵੇਂ ਦੇਖ? ਬੜਾ ਚੰਗਾ ਲੱਗਿਆ ਜੀ, ਮੈਂ ਵੀ ਆਪਣੇ ਆਪ ਨੂੰ ਫਿਲਮ ਦੇਖ ਕੇ ਆਇਆ, ਮੈਂ ਵੀ ਆਡੀਅੰਸ ਦੇ ਨਾਲ ਬੈਠ ਕੇ ਫਸਟ ਟਾਈਮ ਆਪਣੇ ਆਪ ਨੂੰ ਬਿਗ ਸਿਲਵਰ ਸਕਰੀਨ ਤੇ ਦੇਖਣਾ ਬੜਾ ਚੰਗਾ ਲੱਗਾ। ਔਰ ਲੋਕਾਂ ਦੇ ਜਿਹੜੇ ਜਦੋਂ ਇਮੋਸ਼ਨਲ ਸੀਨ ਚੱਲਦੇ ਸੀ ਪਿੰਨ ਡ੍ਰੌਪ ਸਾਇਲੈਂਟ ਹੁੰਦੀ ਸੀ, ਸ਼ਾਇਦ ਲੋਕ ਵੀ ਇਮੋਸ਼ਨਲ ਹੋ ਰਹੇ ਸੀਗੇ। ਬਾਕੀ ਤੁਸੀਂ ਦੇਖਿਆ ਹੀ ਹੈ ਜਿਸ ਤਰ੍ਹਾਂ ਲੋਕ ਆਏ ਨੇ, ਤੇ ਮੈਂ ਆਪਣੇ ਮੈਮ ਗੱਲ ਕਰੀਏ ਤੁਹਾਡਾ ਜਿਹੜਾ ਤੁਸੀਂ ਕੱਲ ਗੀਤ ਗਾਇਆ ਸੀ ਲੋਕਾਂ ਨੇ ਬੜਾ ਪਸੰਦ ਕੀਤਾ, ਉਹਦੇ ਵਿਊ ਵੀ ਬਹੁਤ ਚੰਗੇ ਆਏ ਆ, ਔਰ ਲਗਾਤਾਰ ਲੋਕ ਕਹਿੰਦੇ ਸੀ ਇਸ ਤਰ੍ਹਾਂ ਦੇ ਗੀਤ ਜਿਹੜੇ ਆ ਬਹੁਤ ਦੇਰ ਬਾਅਦ ਸੁਣਿਆ, ਔਰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗੀ ਸਭ ਲੋਕੋ ਕੋ ਪਹਿਲੇ ਤੋਂ ਥੈਂਕਸ ਬੋਲਣਾ ਚਾਹੂੰਗੀ ਜਿਨ ਲੋਕੋ ਨੇ ਇਤਨਾ ਜ਼ਿਆਦਾ ਪਿਆਰ ਦਿਆ ਹੈ ਇਸ ਗੀਤ ਕੋ ਹੀ ਨਹੀਂ ਇਸ ਪੂਰੀ ਮੂਵੀ ਕੋ, ਜਿਤਨਾ ਪਿਆਰ ਦਿਆ ਹੈ ਹਮ ਲੋਕੋ ਕੇ ਲੀਏ ਅਨਐਕਸਪੈਕਟਿਡ ਥਾ, ਬਟ ਉਸ ਹਿਸਾਬ ਸੇ ਹਮ ਲੋਕੋ ਕੋ ਬਹੁਤ ਪਿਆਰ ਮਿਲਾ ਹੈ, ਤੋ ਆਨੇ ਵਾਲੇ ਟਾਈਮ ਮੇ ਵੀ ਇਹੀ ਉਮੀਦ ਕਰੂੰਗੀ ਕਿ ਹਮ ਆਪ ਲੋਕੋ ਕੀ ਉਮੀਦੋਂ ਪਰ ਖਰੇ ਉਤਰੇ ਹਮੇਸ਼ਾ, ਆਗੇ ਵੀ ਔਰ ਅੱਛਾ ਅੱਛਾ ਕਾਮ ਆਪ ਲੋਕੋ ਕੇ ਲੀਏ ਲੇਕਰ ਆਤੇ ਰਹੇ, ਔਰ ਜੈਸੇ ਆਪਨੇ ਪਿਆਰ ਦਿਆ ਆਨੇ ਵਾਲੇ ਸਮੇਂ ਮੇ ਵੀ ਬਸ ਇਸੀ ਤਰ੍ਹਾਂ ਪਿਆਰ ਦੇਤੇ ਰਹੀਏ। ਮੈਮ ਸੋਚ ਦੀ ਗੱਲ ਕਰਦੇ ਹਾਂ, ਗੀਤਾਂ ਨੂੰ ਲੈ ਕੇ ਗੱਲ ਕਰਦੇ ਹਾਂ, ਗੀਤ ਜਿਹੜੇ ਅੱਜ ਕੱਲ ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਗੀਤ ਚੱਲਦੇ ਆ, ਜਿਹੜੇ ਕਲਾਸੀਕਲ ਸੌਂਗ, ਫੋਕ ਸੌਂਗ ਹੋਣ, ਸੈਡ ਸੌਂਗ ਹੋਣ, ਲਵ ਸੌਂਗ ਹੋਣ, ਅੱਜ ਵੀ ਉਸੇ ਤਰ੍ਹਾਂ ਹੀ ਪਸੰਦ ਕਰਦੇ ਆ, ਤੁਹਾਡਾ ਗੀਤ ਪਸੰਦ ਕੀਤਾ ਹੈ, ਕੀ ਲੱਗਦਾ ਤੁਹਾਨੂੰ ਕਿ ਆਉਣ ਵਾਲੇ ਸਮੇਂ 'ਚ ਇਸ ਤੋਂ ਵਧੀਆ ਤੁਸੀਂ ਗੀਤ ਲੈ ਕੇ ਆਓਗੇ? ਮੈਂ ਹਮੇਸ਼ਾ ਤੋਂ ਮੇਰੀ ਇੱਛਾ ਸੀ ਕਿ ਮੈਂ ਜਦੋਂ ਵੀ ਇੰਡਸਟਰੀ ਵਿੱਚ ਕੁਝ ਐਵੇਂ ਦਾ ਲਾਈਕ ਮਿਊਜ਼ਿਕ ਫੀਲਡ ਵਿੱਚ ਕੁਝ ਵੀ ਕੰਮ ਕਰਾਂ ਤੇ ਹਮੇਸ਼ਾ ਮਤਲਬ ਇੱਕ ਅਲੱਗ ਹੀ ਮਤਲਬ ਇੱਕ ਮੇਰਾ ਹੋਏ ਕਿ ਮਤਲਬ ਅਗਰ ਮੈਂ ਸੈਡ ਕੀਤਾ ਹੈ, ਰੋਮਾਂਟਿਕ ਕੀਤਾ ਹੈ, ਬੀਟ ਦਿੱਤਾ ਹੈ ਕੁਝ ਹਿਪ ਹੋਪ ਸਟਾਈਲ ਵਿੱਚ ਜਾਂ ਕੁਝ ਕਲਾਸੀਕਲ ਵਿੱਚ, ਹਮੇਸ਼ਾ ਮੈਂ ਕੋਸ਼ਿਸ਼ ਕੀਤੀ ਆਪਣੇ ਦਰਸ਼ਕਾਂ ਨੂੰ ਕੁਛ ਨਾ ਕੁਛ ਨਵਾਂ ਦੇਣ ਦੀ, ਆਉਣ ਵਾਲੇ ਟਾਈਮ ਵਿੱਚ ਵੀ ਮੈਂ ਕੁਛ ਕੋਸ਼ਿਸ਼ ਕਰ ਰਹੀ ਹਾਂ। ਇਸ ਤੋਂ ਪਹਿਲਾਂ ਮੈਂ ਰੈਪ ਵੀ ਕਰ ਚੁੱਕੀ ਹੋਈ ਹਾਂ, ਔਰ ਆਲਰੇਡੀ ਹੁਣ ਜਿਹੜਾ ਮੇਰਾ ਅੱਗੇ ਦਾ ਕੁਛ ਪ੍ਰੋਜੈਕਟ ਹੈ ਉਹ ਅਜੇ ਮੈਂ ਟੌਪ ਸੀਕਰੇਟ ਹੈ, ਅਜੇ ਮੈਂ ਸ਼ੇਅਰ ਨਹੀਂ ਕਰ ਸਕਦੀ, ਬਟ ਯੈਸ ਆਉਣ ਵਾਲੇ ਟਾਈਮ ਵਿੱਚ ਜੋ ਤੁਹਾਨੂੰ ਮਿਲੇਗਾ ਉਹ ਅਲੱਗ ਹੀ ਰੂਪ ਮਿਲੇਗਾ। ਭਾਜੀ ਫਿਲਮ 10 ਦੇ ਵਿੱਚੋਂ ਕਿੰਨੇ ਨੰਬਰ ਦਊਂਗੇ? ਭਾਜੀ 10 ਤੋਂ 10 ਜੀ, ਕਿਉਂਕਿ ਇਹਦੇ ਵਿੱਚ ਨਾ ਇੱਕ ਸੱਭਿਆਚਾਰਕ, ਇੱਕ ਲੋਕ ਜਿਹੜੇ ਲੋਕ ਪੰਜਾਬੀ ਲੋਕ ਨਾ ਪੰਜਾਬੀ ਫਿਲਮਾਂ ਨੂੰ ਭੁੱਲ ਚੁੱਕੇ ਸੀਗੇ, ਉਹਨਾਂ ਨੂੰ ਨਾ ਉਹਨਾਂ ਨੇ ਇੱਕ ਪ੍ਰਮੋਟ ਕੀਤਾ ਵਾ ਸਾਡੇ ਡਾਕਟਰ ਸਾਹਿਬ ਨੇ ਤੇ ਸਾਡੇ ਜਿਹੜੀ ਵੀ ਟੀਮ ਇਹਨਾਂ ਦੇ ਨਾਲ ਹੈਗੀ ਆ, ਇੱਕ ਬਹੁਤ ਮਿਡਲ ਕਲਾਸ ਚੋਂ ਆ ਭਾਜੀ, ਇਹਨਾਂ ਨੇ ਇੰਨੀ ਕੁ ਮਿਹਨਤ ਕੀਤੀ ਨਾ ਇਸ ਫਿਲਮ ਵਾਸਤੇ ਵੀ ਅਸੀਂ ਦੱਸ ਨਹੀਂ ਸਕਦੇ, ਆਪ ਹੀ ਵਿਚਾਰੇ ਡਾਇਰੈਕਟਰ ਨੇ ਆਪ ਹੀ, ਇਹਨਾਂ ਚੋਂ ਸਾਰਾ ਜਿਹੜਾ ਭਾਈਚਾਰਾ ਨਾ ਸਾਰਾ ਮਿਡਲ ਕਲਾਸ ਦਾ ਹੀ ਆ, ਤੇ ਆਪਾਂ ਚਾਹੁੰਦੇ ਯਾਰ ਵੀ ਗਰੀਬ ਬੰਦੇ ਨੂੰ ਵੀ ਆਪਾਂ ਚੱਕੀਏ, ਗਰੀਬ ਬੰਦੇ ਦੀ ਫਿਲਮ ਆਪਾਂ ਜ਼ਰੂਰ ਦੇਖਣ ਜਾਈਏ। ਮੈਂ ਪੂਰੇ ਪੰਜਾਬ ਵਾਸੀਆਂ ਨੂੰ ਆਪਣੇ ਵੱਲੋਂ ਅਪੀਲ ਕਰਦਾ ਵਾ, ਬੇਨਤੀ ਕਰਦਾ ਵਾ ਵੀ ਜੋ ਵੀ ਆ ਮੁੰਡੇ ਨੇ ਮਿਹਨਤ ਕੀਤੀ ਆ, ਉਹਨਾਂ ਦੀ ਮਿਹਨਤ ਨੂੰ ਪਰਮਾਤਮਾ ਸੱਚੇ ਪਾਤਸ਼ਾਹ ਰੰਗ ਲਾਵੇ, ਤੇ ਉਹਨਾਂ ਨੂੰ ਹੋਰ ਵਧੀਆ ਫਿਲਮਾਂ ਏਦਾਂ ਦੀਆਂ ਲੋਕ ਜਿਹੜੀਆਂ ਲੋਕ ਸਭਾ ਦੇ ਵਿੱਚ ਲੋਕਾਂ ਦੇ ਵਿੱਚ ਦੇਖ ਜਾਣ ਤੇ ਇੱਕ ਵਧੀਆ ਮੈਸੇਜ ਦੇਖਣ ਦੇਣ। ਇਹ ਇੱਕ ਨਾ ਪਿਓ ਦੀ ਕਹਾਣੀ ਦਿਖਾਈ ਗਈ ਹੈ, ਜਿਹੜਾ ਇੱਕ ਪਿਓ ਹੁੰਦਾ ਸਰ ਬੱਚਿਆਂ ਵਾਸਤੇ ਨਾ, ਇੱਕ ਪਿਓ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ, ਇੱਕ ਬੱਚਾ ਇੱਕ ਪਿਓ ਸਾਰਾ ਕੁਛ ਕਰਕੇ ਇਹ ਚਾਹੁੰਦਾ ਵਾ ਵੀ ਇੱਕ ਪਿਓ ਕਹਿੰਦਾ ਵੀ ਯਾਰ ਮੇਰਾ ਜਿਹੜਾ ਬੱਚਾ ਹੈ ਨਾ ਮੇਰੇ ਤੋਂ ਵੀ ਵੱਧ ਕੇ ਕਾਮਯਾਬ ਹੋਵੇ। ਬਿਲਕੁਲ ਭਾਜੀ, ਕੀ ਰੇਟਿੰਗ ਕੀ ਦਊਂਗੇ 10 ਤੋਂ? ਬਹੁਤ 10 ਸੀ, ਬਹੁਤ ਵਧੀਆ, ਬਹੁਤ ਵਧੀਆ ਫਿਲਮ ਹੈ ਜੀ, ਬਹੁਤ ਮਤਲਬ ਕਿ 10 ਤੋਂ ਤੁਸੀਂ 10 ਨੰਬਰ ਦੇਤੇ। ਬਿਲਕੁਲ ਜੀ ਬਿਲਕੁਲ, ਇੱਕ ਬਾਪ ਆਪਣੇ ਬੇਟੇ ਨਾਲ ਬਹੁਤ ਵਧੀਆ ਪਿਆਰ ਕਰਦਾ ਵਾ, ਪੂਰੇ ਪੂਰੇ ਫਰਜ਼ ਪੂਰੇ ਕਰਦਾ ਵਾ, ਉਹਨੂੰ ਉੱਪਰ ਅਸਮਾਨ ਤੱਕ ਦੇਖਣਾ ਚਾਹੁੰਦਾ ਕਿ ਮੇਰੇ ਤੋਂ ਵੀ ਵੱਡਾ ਹੋ ਉੱਪਰ ਜਾਵੇ। ਸੋ V2V ਦੇ ਵਿੱਚ ਅਸੀਂ ਆ ਇਸ ਟਾਈਮ, ਬਾਪੂ ਦਾ ਕਲਾਕਾਰ ਜਿਹੜੀ ਕਿ ਫਿਲਮ ਦਾ ਅਸੀਂ ਰਿਵਿਊ ਲਿਖਾ, ਲੋਕਾਂ ਨੇ 10 ਚੋਂ 10 ਦਿੱਤੇ, ਔਰ
ਜਿਹੜਾ ਲੋਕਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਜਿਹੜਾ ਰਿਸ਼ਤਿਆਂ ਨੂੰ ਲੈ ਕੇ ਇਸ ਫਿਲਮ ਦੇ ਵਿੱਚ ਜੋ ਦਿਖਾਇਆ ਗਿਆ ਹੈ ਉਹ ਬਿਲਕੁਲ ਅਸਲੀਅਤ ਔਰ ਸਹੀ ਕਹਾਣੀ ਦਿਖਾਈ ਗਈ ਹੈ। ਇਸ ਕਰਕੇ ਅਸੀਂ ਵੀ ਇਹੀ ਅਪੀਲ ਕਰਦੇ ਹਾਂ ਕਿ ਐਸੇ ਕੰਟੈਂਟ ਦੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਤਾਂ ਕਿ ਲੋਕ ਜਿਹੜੇ ਨੇ ਇਹਨਾਂ ਫਿਲਮਾਂ ਨੂੰ ਦੇਖ ਕੇ ਰਿਸ਼ਤਿਆਂ ਨੂੰ ਮਹਿਸੂਸ ਕਰ ਸਕਣ। ਸੋ ਵਧੇਰੇ ਅਪਡੇਟ ਲਈ ਫਿਰ ਹਾਜ਼ਰ ਹੋਵਾਂਗੇ, ਬਣੇ ਰਹੋ ਜਾਗਰਤੀ ਲਹਿਰ ਦੇ ਨਾਲ। ਧੰਨਵਾਦ।